ਬਠਿੰਡਾ ਫਿਰੋਜ਼ਪੁਰ ਤੋਂ ਫਰੀਦਕੋਟ ਇਹਨਾਂ ਹਲਕਿਆਂ 'ਚ ਅਕਾਲੀ ਦਲ ਦਾ ਵਿਰੋਧ ਹੋ ਰਿਹਾ। ਵਿਰੋਧ ਤਾਂ ਕੀ, ਬੇਅਦਬੀ ਅਤੇ ਗੋਲੀ ਕਾਂਡ ਦਾ ਸਭ ਤੋਂ ਵੱਧ ਸੇਕ ਇਹਨਾਂ ਹਲਕਿਆਂ 'ਚ ਹੀ ਲੱਗਿਆ। ਪਹਿਲਾਂ ਹਰਸਿਮਰਤ ਕੌਰ ਬਾਦਲ, ਫਿਰ ਸੁਖਬੀਰ ਬਾਦਲ ਤੇ ਹੁਣ ਗੁਲਜ਼ਾਰ ਸਿੰਘ ਰਣੀਕੇ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ। ਫਰੀਦਕੋਟ ਹਲਕੇ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਬਰਗਾੜੀ ਵਿੱਚ ਲੱਗਦੇ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ, ਜਿੱਥੇ ਰਣੀਕੇ ਨੂੰ ਸਿੱਖ ਆਗੂਆਂ ਵੱਲੋਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ। ਰਣੀਕੇ ਨੂੰ ਪਹਿਲਾਂ ਵੀ ਕਈ ਪਿੰਡਾਂ 'ਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਿੱਖ ਆਗੂਆਂ ਦਾ ਕਹਿਣਾ ਕਿ ਸਿੱਖ ਸੰਗਤ 'ਚ ਰੋਸ ਹੈ ਕਿ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਜਿਸ ਦੇ ਦੋਸ਼ੀ ਹਾਲੇ ਤੱਕ ਨਹੀਂ ਫੜੇ ਗਏ। ਕਾਸ਼ ਚੰਦ ਦੇ ਪਿੱਠੂ ਜਿਨ੍ਹਾਂ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ 2015 ਦੇ ਵਿੱਚ ਇਸ ਨਗਰ ਬਰਗਾੜੀ ਦੇ ਵਿੱਚ ਗਲੀਆਂ ਦੇ ਵਿੱਚ ਅੰਗ ਖਿਲਾਰੇ ਗਏ। ਉਸ ਨਗਰ ਦੇ ਵਿੱਚ ਅੱਜ ਆ ਕੇ ਇਹਨਾਂ ਨੇ ਪਹਿਲਾਂ ਪ੍ਰੋਗਰਾਮ ਰੱਖਿਆ ਸੀ ਪਿੰਡ ਦੇ ਵਿਚਾਲੇ, ਜਦੋਂ ਸਿੱਖ ਜਥੇਬੰਦੀਆਂ ਨੂੰ ਭਿਣਕ ਪਈ ਅਤੇ ਨਗਰ ਨਿਵਾਸੀਆਂ ਨੂੰ ਇਹਨਾਂ ਦਾ ਵਿਰੋਧ ਕਰਨ ਵਾਸਤੇ ਗੁਲਜ਼ਾਰ ਰਣੀਕੇ ਜਿਹੜਾ ਬਾਰਡਰ ਤੋਂ ਲਿਆ ਕੇ ਇੱਥੇ ਇਹਨਾਂ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਖਿਲਾਰਿਆ ਚੋਣ ਲੜਨ ਲਈ, ਉਹਦਾ ਵਿਰੋਧ ਕਰਨ ਵਾਸਤੇ, ਕਿਉਂਕਿ ਬਾਦਲ ਪਰਿਵਾਰ ਹਮੇਸ਼ਾ ਸਿੱਖ ਕੌਮ ਦਾ ਜਿਹੜਾ ਗਦਾਰ ਰਿਹਾ। ਇਹਨਾਂ ਨੇ ਸੰਨ 78 ਵੇਲੇ ਗਦਾਰੀ ਕੀਤੀ, 13 ਸਿੰਘ ਸ਼ਹੀਦ ਕਰਵਾਏ, ਖੂਹਾਂ ਦੇ ਵਿੱਚ ਜ਼ਹਿਰਾਂ ਪਵਾਈਆਂ, ਜੈਤੋਂ ਮੋਰਚੇ ਵੇਲੇ ਸਿਨੇਮਾ ਕਾਂਡ ਮੌਕੇ ਕਰਵਾਇਆ, ਉਹਦਾ ਦੋਸ਼ੀ ਪ੍ਰਕਾਸ਼ ਚੰਦ ਬਾਦਲ 2007 ਦੇ ਵਿੱਚ ਸਾਡੇ ਸਿੰਘ ਸ਼ਹੀਦ ਹੋਏ, ਸਰਸੇ ਵਾਲੇ ਨੂੰ ਪੋਸ਼ਾਕ ਪਹਿਨਾਈ, ਉਹਦਾ ਵੀ ਦੋਸ਼ੀ ਪ੍ਰਕਾਸ਼ ਚੰਦ ਬਾਦਲ ਹੈ। ਬਹਿਬਲ ਕੋਟਕਪੂਰਾ ਕਾਂਡ ਕਰਵਾਇਆ, ਉਹਦਾ ਦੋਸ਼ੀ ਪ੍ਰਕਾਸ਼ ਚੰਦ ਬਾਦਲ ਹੈ। ਇਹਨਾਂ ਨੂੰ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ। ਜੋ ਅਕਾਲੀ ਦਲ ਬਾਦਲ, ਜਿਨ੍ਹਾਂ ਨੂੰ ਸਰਸਾ ਦਲ ਵੀ ਕਿਹਾ ਜਾਂਦਾ, ਉਹਨਾਂ ਵੱਲੋਂ ਅੰਮ੍ਰਿਤਸਰ ਤੋਂ ਲਿਆ ਕੇ ਗੁਲਜ਼ਾਰ ਸਿੰਘ ਰਣੀਕੇ ਨੂੰ ਟਿਕਟ ਦਿੱਤੀ ਗਈ ਫਰੀਦਕੋਟ ਤੋਂ, ਜਿਸ ਦੀ ਅਸੀਂ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ, ਕਿਉਂਕਿ ਫਰੀਦਕੋਟ ਐਡਾ ਵੱਡਾ ਹਲਕਾ ਹੋਣ ਦੇ ਕਾਰਨ ਬਾਵਜੂਦ ਵੀ ਇਹਨਾਂ ਕੋਲ ਕੋਈ ਉਮੀਦਵਾਰ ਹੀ ਨਹੀਂ ਸੀਗਾ ਫਰੀਦਕੋਟ ਦੇ ਵਿੱਚੋਂ। ਬਹੁਤ ਵੱਡੀ ਜਿਹੜੀ ਹੈਗੀ ਆ ਇਹਨਾਂ ਵਾਸਤੇ ਇਹ ਨਮੋਸ਼ੀ ਦੀ ਗੱਲ ਹੈ, ਕਿਉਂਕਿ ਇਹਨਾਂ ਨੂੰ ਕੋਈ ਵੀ ਉਮੀਦਵਾਰ ਜਿਹੜਾ ਹੈਗਾ ਉਹ ਨਵਾਂ ਉਮੀਦਵਾਰ ਇੱਧਰਲੇ ਪਾਸੇ ਜਿਹੜਾ ਉਹ ਨਹੀਂ ਮਿਲਦਾ ਪਿਆ। ਜਿਹੜਾ ਅੱਜ ਦਾ ਵਿਰੋਧ ਆ ਸਾਡਾ, ਅਸੀਂ ਕਹਿੰਦੇ ਹਾਂ ਵੀ 4 ਸਾਲ ਦੇ ਕਰੀਬ ਹੋ ਗਿਆ ਸਮਾਂ ਬੇਅਦਬੀ ਹੋਈ ਨੂੰ, ਅਤੇ ਗੁਲਜ਼ਾਰ ਸਿੰਘ ਰਣੀਕੇ ਇੱਕ ਵਾਰ ਵੀ ਬਰਗਾੜੀ ਨਗਰ ਦੇ ਵਿੱਚ ਉਦੋਂ ਦਾ ਨਹੀਂ ਆਇਆ, ਅਤੇ ਅੱਜ ਇਹ ਕੀ ਵੋਟਾਂ ਦੀ ਖਾਤਰ ਆਇਆ? ਉੱਧਰ ਗੁਲਜ਼ਾਰ ਸਿੰਘ ਰਣੀਕੇ ਨੇ ਆਪਣੇ ਹੋ ਰਹੇ ਵਿਰੋਧ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਅੱਜ ਵੀ ਸਾਥ ਦੇ ਰਹੇ ਹਾਂ ਅਤੇ ਇਹੀ ਚਾਹੁੰਦੇ ਹਾਂ ਕਿ ਅਸਲ ਦੋਸ਼ੀ ਫੜੇ ਜਾਣ, ਬਾਕੀ ਡੈਮੋਕ੍ਰੇਸੀ ਹੈ, ਜੋ ਕੋਈ ਮਰਜ਼ੀ ਕਰ ਸਕਦਾ। ਜਿਹੜੇ ਝੰਡੀਆਂ ਭਾਵੇਂ ਜਿਹੜਾ ਮੈਂ ਕਹਾਂ ਦੂਜੇ ਨੂੰ ਕਿਹਾ ਇਹਨਾਂ ਨੂੰ ਵਿਖਾਉਣੀਆਂ, ਇਹੋ ਬਦਕਿਸਮਤੀ ਆ ਪੰਥ ਦੀ ਵੀ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣ। ਮੈਂ ਨਾ ਵੀ ਮੈਂ ਤਾਂ ਕਿੰਨਾ ਅਪੀਲ ਕਰਦਾ ਵੀ ਆਪਾਂ ਸਾਰਿਆਂ ਨੂੰ ਰਲ ਕੇ ਜਿਹੜਾ ਦੋਸ਼ੀ ਉਹਨੂੰ ਲੱਭਣਾ ਚਾਹੀਦਾ, ਨਾ ਕਿ ਆਪਾਂ ਇੱਕ ਦੂਜੇ ਨੂੰ ਮੈਂ ਉਹ 'ਤੇ ਦੋਸ਼ ਲਾਵਾਂ ਮੋਹ 'ਤੇ ਲਾਵਾਂ, ਉਹ ਮੜੀ ਲੋ ਝੰਡੀਆਂ ਤੋਂ ਖਾ ਸਕਦੇ, ਉਹਨਾਂ ਦਾ ਡੈਮੋਕ੍ਰੇਸੀ ਅਧਿਕਾਰ ਜੋ ਮਰਜ਼ੀ ਕਰਨ। ਦੱਸ ਦਈਏ ਕਿ ਇਸ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਵੋਟਾਂ ਭਾਵੇਂ ਨਾ ਪਾਓ ਪਰ ਕਾਲੀਆਂ ਝੰਡੀਆਂ ਵਿਖਾਉਣਾ ਸਹੀ ਨਹੀਂ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਐਲਾਨ ਕੀਤਾ ਕਿ ਅਕਾਲੀ ਉਮੀਦਵਾਰਾਂ ਨੂੰ ਝੰਡੀਆਂ ਨਹੀਂ ਸਗੋਂ ਝੰਡੇ ਵਿਖਾਉਣੇ ਚਾਹੀਦੇ ਨੇ। ਬਿਊਰੋ ਰਿਪੋਰਟ। ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।